बाबा जी जिथे पढ़े हो थे आ गए हैं। थे आ गए। हाँ बाबा आ गया। ਤੁਹਾਡਾ ਘਰ ਆ ਪਾਸੇ ਨਹੀਂ ਸੀ? ਹਾਂ ਇਹ ਸੀ। ਬੁੜੇ ਡੇਰੇ ਨਾਨਕੇ ਸੀ ਉਹਨਾਂ ਦੇ? ਹਾਂ ਬੁੜੇ ਡੇਰੇ ਆਏ ਤੇ ਅਸੀਂ ਉਹਨੂੰ ਮਾਸੀ ਜਾਂਦੇ ਹੁੰਦੇ ਹਾਂ। ਹਾਂਜੀ ਨਿੱਕੋ 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 ਆਮ ਯਾਦ ਆਇਆ। ਆਪਣੇ ਘਰ ਤੋਂ ਸਾਂ ਜਾਣਾ ਆਪੇ ਤੇ ਇੱਥੋਂ ਗਲੀ ਜਿਹੜੀ ਜਾਂਦੀ ਆ ਗਲੀ ਆ। ਹਾਂ ਇਹ ਗਲੀ ਪੈਂਦੇ ਆਪਾਂ। मगर सिंह दा घर मगर सिंह मुंडिया दे घर आया। सूरत सिंह साडे मेरे वास्ते अज बड़ी खुशकिस्मती वाली गल है कि मेरे नाल जो परिवार बैठा हुआ है भाई साहब भाई लक्ष्मण सिंह दा परिवार है। भाई लक्ष्मण सिंह का जन्म स्थान भी इतने से एक विरासत छड़नी के भाई लक्ष्मण सिंह की शहादत इतने हुई जिस गुरुद्वारे हुई वो भी छड़ के जा रहे। मैं थोड़ी समझ सकता फीलिंग जे हिंदुस्तान पाकिस्तान बन गया तो राज अलग अलग हो गए कोई गल नहीं। जनता तो इदा ही रहनी जिथे है उथे ही रहनी। राज ही बदली हुआ साडा पिंड उठने वास्ते तैयार नहीं सी डटे रहे सी उथे। ਜਦੋਂ ਪਿੰਡੋਂ ਬਾਹਰ ਨਿਕਲੇ ਨੇ ਸਾਰੇ ਆਪਣੇ ਘਰਾਂ ਨੂੰ ਅੱਗ ਲਾ ਦਿੱਤੀ। ਇੱਥੋਂ ਤੱਕ ਸਾਡੇ ਬੇ ਦੇ ਵਿੱਚ ਇੱਕ ਕਿਲੇ ਦੇ ਵਿੱਚ ਚਾਰ ਛੇ ਸਾਡੇ ਮਕਾਨ ਸੀ ਉਹਨੂੰ ਵੀ ਅੱਗ ਲਾ ਆਏ ਸੀ। ਸ਼ਹੀਦ ਭਾਈ ਲਕਸ਼ਮਣ ਸਿੰਘ ਜਿਹੜੇ ਨੇ ਉਹ ਮਹਾਨ ਸ਼ਹੀਦ ਨੇ। ਜਦੋਂ ਨਨਕਾਣਾ ਸਾਹਿਬ ਉੱਪਰ ਮਹੰਤਾਂ ਦਾ ਕਬਜ਼ਾ ਸੀ ਤਾਂ ਉਹਨਾਂ ਨੇ ਸਾਡੇ ਗੁਰੂ ਘਰ ਨੂੰ ਆਜ਼ਾਦ ਕਰਵਾਇਆ। ਬੜੀ ਸੋਹਣੀ ਗੱਲ ਹੈ ਜੀ। ਇਹਨਾਂ ਕੋਲ ਸਾਰਾ ਡਾਟਾ ਤੱਕ ਮੌਜੂਦ ਹੈ ਉਰਦੂ ਜ਼ਬਾਨ ਦੇ ਵਿੱਚ ਪੂਰਾ ਉਹਨਾਂ ਦਾ ਜਿਹੜਾ ਹੈ ਪਿਛੋਕੜ ਫੈਮਿਲੀ ਟ੍ਰੀ ਜਿਹਨੂੰ ਕਿਹਾ ਜਾਂਦਾ ਹੈ। ਜਿਹੜੇ ਜਥਾ ਆਇਆ ਸੀ ਉਹ ਇਸ ਪੁੱਲ ਤੇ ਉਹਨਾਂ ਨੇ ਇਕੱਠੇ ਹੋਣਾ ਸੀ। ਆਪਣੇ ਸ਼ਹੀਦ ਭਾਈ ਲਕਸ਼ਮਣ ਸਿੰਘ ਨੇ ਖੁੰਡਾ ਉਹਨਾਂ ਦਾ ਪੁੱਲ ਹੁੰਦਾ ਸੀ ਖੁੰਡੇ ਦੀ ਲਕੀਰ ਕੱਢੀ ਆ ਭਾਈ ਜਿਹਨੇ ਸ਼ਹੀਦੀ ਪਾਉਣੀ ਸਾਡੇ ਮਗਰ ਆ ਜਾਓ ਜਿਹਨੇ ਨਹੀਂ ਪਾਉਣੀ ਵਾਪਸ ਚਲੇ ਜਾਓ। ਉਹ ਅੱਗੇ ਰੱਖ ਕੇ ਤੁਰ ਪਏ ਮਗਰ ਸਾਰੇ ਫਿਰ ਸਾਰਾ ਜਥਾ ਚੱਲ।